ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਭਾਵੇਂ ਪੁਲਿਸ ਦੇ ਵੱਲੋਂ ਦਿਨ ਰਾਤ ਚੌਕਸੀ ਵਰਤੀ ਜਾ ਰਹੀ ਹੈ, ਪਰ ਚੋਰ ਅੱਖ ਬਚਾ ਕੇ ਨਿਕਲ ਹੀ ਜਾਂਦੇ ਨੇ ਤੇ ਆਪਣਾ ਹੀਲਾ ਵਸੀਲਾ ਕਰਕੇ ਗਾਇਬ ਹੋ ਜਾਂਦੇ ਨੇ। ਕਿਸਾਨ ਰਣਜੀਤ ਸਿੰਘ, ਪ੍ਰਿਤਪਾਲ ਸਿੰਘ, ਰਘਵੀਰ ਸਿੰਘ ਅਤੇ ਕਰਨੈਲ ਸਿੰਘ ਦੀ ਮੋਟਰਾਂ ਦੇ ਉੱਤੇ ਲੱਗੇ ਟਰਾਂਸਫਾਰਮਰ ਚੋਰੀ ਕਰਕੇ ਚੋਰ ਫਰਾਰ ਹੋ ਗਏ। ਫਤਿਹਗੜ੍ਹ ਸਾਹਿਬ ਵਿਖੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੋਰਾਂ ਦੇ ਵੱਲੋਂ ਏਟੀਐਮ ਭੰਨਣਾ, ਦੁਕਾਨਾਂ ਤੇ ਸ਼ਟਰ ਤੋੜਨਾ, ਬੰਦ ਘਰਾਂ ਦੇ ਵਿੱਚ ਦਾਖਲ ਹੋ ਕੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ, ਪਰ ਉਹਨਾਂ ਦੇ ਵੱਲ ਹੁਣ ਪੰਜਾਬ ਦੇ ਕਿਸਾਨਾਂ ਤੇ ਹੋਰ ਮਾਰ ਪਾਈ ਜਾ ਰਹੀ ਹੈ। ਚੋਰਾਂ ਦੇ ਵੱਲੋਂ ਰਾਤ ਦੇ ਸਮੇਂ ਕਿਸਾਨਾਂ ਦੀਆਂ ਬਿਜਲੀ ਦੀਆਂ ਕੇਬਲਾਂ ਤੇ ਟਰਾਂਸਫਾਰਮਰ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਪੈਦਾ ਮਾਹੌਲ ਬਣਿਆ ਹੋਇਆ। ਬੀਤੀ ਰਾਤ ਫਤਿਹਗੜ੍ਹ ਸਾਹਿਬ ਦੇ ਪਿੰਡ ਪੰਡਰਾਲੀ ਵਿਖੇ ਰਾਤੋ ਰਾਤ ਚਾਰ ਕਿਸਾਨਾਂ ਦੇ ਟਰਾਂਸਫਾਰਮਰ ਚੋਰੀ ਕਰ ਲਏ ਗਏ ਨੇ। ਘਰ ਤੋਂ ਆਏ ਹਾਂ ਚੱਲ ਕੇ, ਜਾਂ ਦੇਖਿਆ ਇੱਥੇ ਚਾਰੇ ਮੋਟਰਾਂ ਦੇ ਚਾਰੇ ਟਰਾਂਸਫਾਰਮ ਖੁੱਲ੍ਹ ਗਏ। ਚਲੋ ਦੇਖਿਆ ਵੀ ਇਹਦੇ ਵਿੱਚ ਛੱਡਿਆ ਕੁਛ ਨਹੀਂ, ਸਾਰਾ ਕੁਛ ਕੱਢ ਕੇ ਲੈ ਗਏ। ਫਿਰ ਉਸ ਤੋਂ ਬਾਅਦ ਵੀ ਇੱਥੇ ਪਹਿਲਾਂ ਵੀ ਇਹ ਤੋਂ ਸਾਡੇ ਟਰਾਂਸਫਾਰਮ ਮੋਟਰਾਂ ਦੇ ਖੁੱਲ੍ਹੇ, ਪਿਛਲੇ ਪਿੱਛੇ ਜੀਰੀਆਂ ਸੀ ਜਿਨ 'ਚ ਤਾਰਾਂ ਵੱਢ ਕੇ ਲੈ ਗਏ। ਅਤੇ ਆਹ ਹੁਣ ਫਿਰ ਸਾਡੇ ਦੇਖ ਲਿਆ ਇਹ ਚੋਰੀ ਹੋ ਗਏ। ਹੁਣ ਸਾਡੀ ਤਾਂ ਮੰਗ ਇਹੀ ਆ ਪ੍ਰਸ਼ਾਸਨ ਨੂੰ ਵੀ ਸਾਡੇ ਟਰਾਂਸਫਾਰਮ ਛੇਤੀ, ਸਾਨੂੰ ਲਾਈਟ ਦੀ ਲੋੜ ਆ, ਪਾਣੀ ਦੇਣਾ ਫਸਲਾਂ ਨੂੰ, ਵੀ ਸਾਨੂੰ ਛੇਤੀ ਤੋਂ ਛੇਤੀ ਸਾਡੇ ਟਰਾਂਸਫਾਰਮ ਰੱਖੇ ਜਾਣ ਅਤੇ ਪ੍ਰਸ਼ਾਸਨ ਛੇਤੀ ਤੋਂ ਸਾਡੇ ਸਾਡਾ ਮਸਲਾ ਹੱਲ ਕਰੇ। ਪਹਿਲਾਂ ਵੀ ਪਹਿਲਾਂ ਕਿੰਨੀ ਕੁ ਵਾਰ ਹੋਇਆ ਜੀ ਇਹ? ਪਹਿਲਾਂ ਤਾਰਾਂ ਵੱਢ ਕੇ ਲੈ ਗਏ, ਫਿਰ ਤਾਰਾਂ ਵੱਢ ਕੇ ਲੈ ਗਏ ਨਾ, ਹੁਣ ਇਹ ਟਰਾਂਸਫਾਰਮ ਸਾਡੇ ਚੋਰੀ ਹੋ ਗਏ। ਰਿਪੋਰਟ ਲਿਖਾਤੀ? ਰਿਪੋਰਟ ਸਾਡੇ ਬਿਜਲੀ ਮਹਿਕਮੇ ਨੂੰ, ਸਾਨੂੰ ਬਿਜਲੀ ਮਹਿਕਮੇ ਨੂੰ ਦੱਸਤਾ, ਉਹ ਕਹਿੰਦੇ ਸਾਡੀ ਰਿਪੋਰਟ ਬਣੇ ਅਤੇ ਫਿਰ ਤੁਸੀਂ ਪੁਲਿਸ ਰਿਪੋਰਟ ਕਰਾਇਓ। ਇਹ ਆਲੇ ਦੁਆਲੇ ਖੇਤ ਸਾਡੇ ਹੀ ਨੇ ਭਾਈ, ਚੋਰਾਂ ਦਾ ਤਾਂ ਹਾਲ ਇਹ ਹੈ, ਡੇਢ ਮਹੀਨਾ ਪਹਿਲਾਂ ਸਾਡੇ ਚਾਰ ਪੰਜ ਟਰਾਂਸਫਾਰਮ ਖੁੱਲ੍ਹੇ, ਉਸ ਤੋਂ ਬਾਅਦ ਫਿਰ ਹੁਣ ਅਜੇ 15 ਦਿਨ ਹੋਏ ਨੇ, ਘੱਟੋ ਘੱਟ 10 ਮੋਟਰਾਂ ਦੀਆਂ ਸਾਰੀਆਂ ਕੇਬਲਾਂ ਵੱਢ ਲੈ ਗਏ। ਹੁਣ ਉਹ 10-15 ਦਿਨ ਹੋਏ ਨਹੀਂ ਅਜੇ ਕੇਬਲਾਂ ਵੱਢੀਆਂ ਨੂੰ, ਅੱਜ ਚਾਰ ਟਰਾਂਸਫਾਰਮ ਹੋਰ ਖੁੱਲ੍ਹ ਗਏ। ਇਹ ਆ ਤਾਂ ਕਿਸੇ ਦੀ ਹੈ ਰਲਾਈ ਮਿਲੀ ਹੈ, ਕਿਆ ਹਿਸਾਬ ਕਿਤਾਬ, ਅਸੀਂ ਤਾਂ ਇਹੀ ਕਹਾਂਗੇ ਰਲੀ ਮਿਲੀ ਉਹ ਹੈਗੀ ਹੈ, ਜਿਹੜਾ ਆਉਂਦਾ ਹਾਲੇ ਖੋਲ੍ਹ ਲੈਂਦੇ, ਕੋਈ ਫੜਿਆ ਹੀ ਨਹੀਂ ਜਾਂਦਾ ਅੱਜ ਤੱਕ, ਆਖਿਰਕਾਰ ਫੜੇ ਤਾਂ ਜਾਣੇ ਚਾਹੀਦੇ ਆ, ਜੇ ਸਰਕਾਰ ਰੱਖਦੀ ਹੈ ਨੁਕਸਾਨ ਤਾਂ ਫਿਰ ਵੀ ਹੁੰਦਾ ਹੀ ਹੈ। ਜਿਹੜੀਆਂ ਗੱਡੀਆਂ 'ਚ ਆਉਂਦੇ ਨੇ ਇਹ ਰਸਤੇ ਦੇ ਵਿੱਚ ਪੈੜਾ ਨਾ ਐਨ ਸਰੇਆਮ, ਰਾਤ ਨੂੰ ਗੱਡੀ ਆਈ ਵੀ ਆ, ਕੋਈ ਐਨ ਵਧੀਆ ਗੱਡੀ 'ਚ ਆਏ ਵੇ ਨੇ। ਫਤਿਹਗੜ੍ਹ ਸਾਹਿਬ ਤੋਂ ਸੰਜੂ ਸੈਣੀ ਦੀ ਰਿਪੋਰਟ।